ਸਤਿ ਸ਼੍ਰੀ ਅਕਾਲ ਲੋਕਰਾਣ ਤੇ ਸਵਾਗਤ, ਮੈਂ ਗੁਰਜਿੰਦਰ ਸਿੰਘ ਭੰਗੂ। ਦੋਸਤੋ, ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਇੱਕ ਚਿੱਠੀ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮਚਾ ਦਿੱਤੀ। ਕੇਂਦਰੀ ਮੰਤਰੀ ਨੇ ਚਿੱਠੀ ਲਿਖੀ ਆ ਪੰਜਾਬ ਸਰਕਾਰ ਨੂੰ। ਚਿੱਠੀ ਦੇ ਵਿੱਚ ਲਿਖਿਆ ਕਿ ਜੇਕਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦਾ ਆਹੀ ਹਾਲ ਰਿਹਾ ਤਾਂ ਕੇਂਦਰ ਦੀ ਯੂਨੀਅਨ ਗਵਰਨਮੈਂਟ ਜਿਹੜੇ 8 ਪ੍ਰੋਜੈਕਟ ਨੇ 14,288 ਕਰੋੜ ਦੇ, ਉਹਨਾਂ 8 ਪ੍ਰੋਜੈਕਟਾਂ ਨੂੰ ਰੱਦ ਕਰ ਦੂਗੀ। ਇਸ ਤੋਂ ਪਹਿਲਾਂ 3 ਪ੍ਰੋਜੈਕਟ 3200 ਕਰੋੜ ਦੇ ਪੰਜਾਬ ਦੇ ਵਿੱਚ ਰੱਦ ਹੋ ਚੁੱਕੇ ਨੇ। NHAI ਦੇ ਜਿਹੜੇ ਪ੍ਰੋਜੈਕਟ ਨੇ ਪੰਜਾਬ ਦੇ ਵਿੱਚ ਚੱਲ ਰਹੇ ਨੇ, ਜਿਨ੍ਹਾਂ ਤਹਿਤ ਪੰਜਾਬ ਦੀਆਂ ਜ਼ਮੀਨਾਂ ਐਕੁਆਇਰ ਕਰਕੇ ਪੰਜਾਬ ਦੇ ਵਿੱਚੋਂ ਵੱਡੇ ਹਾਈਵੇ, ਐਕਸਪ੍ਰੈਸਵੇ ਅਤੇ ਭਾਰਤ ਮਾਲਾ ਜਿਹੇ ਜਿਹੜੇ ਵੱਡੇ ਪ੍ਰੋਜੈਕਟ ਨੇ ਉਹ ਪ੍ਰੋਜੈਕਟ ਕੱਢੇ ਜਾ ਰਹੇ ਨੇ। ਅਤੇ ਹੁਣ ਇਸ ਦਾ ਜਿਹੜਾ ਮੋੜਵਾਂ ਜਵਾਬ ਹੈ, ਉਹ ਮੋੜਵਾਂ ਜਵਾਬ ਪੰਜਾਬ ਦੇ ਵਿੱਚੋਂ ਪੰਜਾਬ ਦੇ ਕੈਬਨਿਟ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਦਿੱਤਾ ਅਤੇ ਡਾਕਟਰ ਬਲਵੀਰ ਵੀ ਇਹਦੇ 'ਤੇ ਬੋਲੇ ਨੇ। ਜਿਹੜੇ ਚੀਮਾ ਹੈਗੇ ਨੇ, ਮੰਤਰੀ ਚੀਮਾ, ਹਰਪਾਲ ਚੀਮਾ, ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਮਨ ਸਥਿਤੀ ਜਿਹੜੀ ਹੈਗੀ ਹੈ ਬਿਲਕੁਲ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ। ਉਹ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ, ਇਹ ਤਾਂ ਕੇਂਦਰ ਜਾਣ ਬੁੱਝ ਕੇ ਸਾਨੂੰ ਨਿਸ਼ਾਨਾ ਬਣਾ ਰਿਹਾ ਅਤੇ ਇਸ ਤਹਿਤ ਸਾਡੇ ਜਿਹੜੇ ਹੋਰ ਫੰਡ ਨੇ ਉਹ ਫੰਡ ਵੀ ਕੇਂਦਰ ਦੀ ਸਰਕਾਰ ਨੇ ਸਾਡੇ ਰੋਕੇ ਹੋਏ ਨੇ, ਜਿਹਦੇ 'ਚ ਤਮਾਮ ਉਹ ਫੰਡ ਨੇ ਇਹਨਾਂ ਫੰਡਾਂ ਦਾ ਉਹ ਵੇਰਵਾ ਪਾਉਂਦੇ ਨੇ। ਤਾਂ ਹੁਣ ਇੱਕ ਗੱਲ ਹੋਰ ਵੀ ਚਿੱਠੀ ਦੇ ਵਿੱਚ ਲਿਖੀ ਹੈ ਕਿ ਜਿਹੜੇ NHAI ਦੇ ਅਧਿਕਾਰੀ ਨੇ ਜਾਂ ਠੇਕੇਦਾਰ ਨੇ, ਉਹਨਾਂ ਨੂੰ ਜਿਹੜੇ ਲੋਕ ਧਮਕੀਆਂ ਦੇ ਰਹੇ ਨੇ, ਜਿਵੇਂ ਲੁਧਿਆਣਾ ਦੇ ਵਿੱਚ ਦੱਸਿਆ ਜਾ ਰਿਹਾ ਕਿ ਧਮਕੀਆਂ ਦਿੱਤੀ ਗਈਆਂ, ਕਿ ਉਹਨਾਂ ਦੇ ਉੱਪਰ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ, ਸਰਕਾਰ ਫੜ ਕੇ ਮੁਕੱਦਮਾ ਦਰਜ ਕਰਕੇ ਜੇਲ੍ਹ ਦੇ ਵਿੱਚ ਆਖਰ ਕਿਉਂ ਨਹੀਂ ਦੇ ਰਹੀ, ਉਹ ਲੋਕ ਵਿਹਲੇ ਕਿਉਂ ਫਿਰ ਰਹੇ ਨੇ, ਮਤਲਬ ਉਹ ਲੋਕ ਇੱਦਾਂ ਘੁੰਮ ਕਿਉਂ ਰਹੇ ਨੇ ਧਮਕੀਆਂ ਦੇ ਕੇ। ਅਤੇ ਦੋਸਤੋ, ਜੇਕਰ ਦੇਖਿਆ ਜਾਵੇ ਆਪਾਂ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਨੂੰ ਵਿੱਤੀ ਲੀਹਾਂ ਦੇ ਉੱਪਰ ਲੈ ਕੇ ਆ ਰਹੇ ਹਾਂ, ਅਸੀਂ ਪੰਜਾਬ ਦੇ ਵਿੱਚ ਨਵੀਂ ਇਨਵੈਸਟਮੈਂਟ ਕਰਵਾ ਰਹੇ ਹਾਂ, ਜਿਹੜੇ ਫੋਰਨਰ ਇਨਵੈਸਟਰ ਨੇ ਉਹ ਪੰਜਾਬ ਦੇ ਵਿੱਚ ਆ ਰਹੇ ਨੇ ਅਤੇ ਇੱਥੇ ਆ ਕੇ ਵੱਡੀ ਵੱਡੀ ਇਨਵੈਸਟਮੈਂਟ ਉਹ ਲੋਕ ਕਰ ਰਹੇ ਨੇ। ਪਰ ਇੱਕ ਪਾਸੇ ਕੇਂਦਰ ਦੀ ਸਰਕਾਰ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਇਸ ਕਰਕੇ ਪੰਜਾਬ ਦੇ ਵਿੱਚੋਂ ਜਿਹੜੇ ਪ੍ਰੋਜੈਕਟ ਨੇ, ਪ੍ਰੋਜੈਕਟ ਉਹ ਰੱਦ ਕਰ ਦੇਵਾਂਗੇ, ਕਿਉਂਕਿ ਤੁਹਾਡੇ ਜਿਹੜੇ ਸੂਬੇ ਦੇ ਵਿੱਚ ਅਮਨ ਐਂਡ ਕਾਨੂੰਨ ਦੀ ਸਥਿਤੀ ਹੈ ਉਹ ਤੁਹਾਡੇ ਕੰਟਰੋਲ ਦੇ ਵਿੱਚ ਨਹੀਂ ਹੈਗੀ। ਤਾਂ ਜੇਕਰ ਇੱਕ ਪਾਸੇ ਤਾਂ ਦੇਖੋ ਕਿ ਜਦੋਂ ਭਾਰਤ ਮਾਲਾ ਜਿਹੇ ਜਿਹੜੇ ਪ੍ਰੋਜੈਕਟ ਨੇ ਉਹ ਕਿਸਾਨਾਂ ਦੀਆਂ ਜ਼ਮੀਨਾਂ ਅਕੁਆਇਰ ਕਰ ਰਹੇ ਨੇ, ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਤੁਸੀਂ ਜਿਹੜੇ ਸਹੀ ਮੁਆਵਜ਼ੇ ਨੇ, ਸਹੀ ਮੁੱਲ ਨੇ, ਉਹ ਇਹਨਾਂ ਚੀਜ਼ਾਂ ਦੇ ਤੁਸੀਂ ਦਿਓ, ਜੇਕਰ ਤੁਸੀਂ ਕਿਸਾਨ ਦੀ ਜਿਹੜੀ ਜ਼ਮੀਨ ਹੈ, ਜ਼ਮੀਨ ਅਕੁਆਇਰ ਕਰ ਰਹੇ ਹੋ ਤਾਂ ਤੁਸੀਂ ਉਸਨੂੰ ਬਣਦਾ ਮੁਆਵਜ਼ਾ ਦਿਓ, ਜੇਕਰ ਕਿਸਾਨ ਉਜੜ ਰਿਹਾ ਤਾਂ ਕਿਸੇ ਹੋਰ ਥਾਂ ਦੇ ਉੱਪਰ ਜਾ ਕੇ ਉਹ ਆਪਣਾ ਵਸੇਬਾ ਕਰ ਲਵੇ। ਪਰ ਇਹਦੇ 'ਚ ਤੁਸੀਂ ਦੇਖਿਆ ਹੋਊਗਾ ਕਿੰਨੀ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ, ਉਹ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਹੈ ਜਿਸ ਤਹਿਤ ਦਿੱਲੀ ਕਟੜਾ ਐਕਸਪ੍ਰੈਸ ਵੇ ਬਣ ਰਿਹਾ ਜਾਂ ਜਿਹੜਾ ਅੰਮ੍ਰਿਤਸਰ ਕਲਕੱਤਾ ਕੋਰੀਡੋਰ ਹੈ, ਇਹ ਨਾ ਸਾਰੇ ਪ੍ਰੋਜੈਕਟਾਂ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਦਾ ਸੀ ਕਿ ਅਸੀਂ 2025 ਤੱਕ ਹੈ, ਯਾਨੀ ਕਿ ਜਿਹੜੀ ਡੈਡਲਾਈਨ ਸੀ ਉਹ 2025 ਤੱਕ ਸੀ ਇਹਨਾਂ ਦੀ, ਪਰ ਹੁਣ ਲੱਗਦਾ ਕਿ ਐਕਸਟੈਂਸ਼ਨ ਮਿਲੂਗੀ ਹੈ ਕਿ ਵਧਣਗੇ। ਪਰ ਕੇਂਦਰ ਸਰਕਾਰ ਨੇ ਇੱਕ ਚਿੱਠੀ ਦੇ ਰਾਹੀਂ ਇਹ ਗੱਲ ਦੱਸਦੀ ਕਿ ਜੇਕਰ ਸੂਬੇ ਦੇ ਵਿੱਚ ਸਥਿਤੀ ਹੈ ਜਿਹੜੀ ਆਹੀ ਸਥਿਤੀ ਰਹੀ ਤਾਂ ਅਸੀਂ ਆਹ ਪ੍ਰੋਜੈਕਟ ਸਾਰੇ ਰੱਦ ਕਰ ਦਿਆਂਗੇ। 14,288 ਕਰੋੜ ਦੇ 8 ਪ੍ਰੋਜੈਕਟ ਨੇ ਅਤੇ ਇਸ ਤੋਂ ਇਲਾਵਾ ਦੋਸਤੋ 3300 ਕਰੋੜ ਦੇ ਜਿਹੜੇ ਪ੍ਰੋਜੈਕਟ ਨੇ, 3200 ਤੋਂ ਲੈ ਕੇ 3300 ਕਰੋੜ ਦੇ ਵਿਚਕਾਰ ਦੇ ਪ੍ਰੋਜੈਕਟ ਨੇ, ਇਹ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ 3 ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਨੇ। ਇੱਕ ਤਾਂ ਪੰਜਾਬ ਦੇ ਵਿੱਚ ਵੱਡੇ ਵੱਡੇ ਹਾਈਵੇ ਬਣ ਰਹੇ ਨੇ, ਰੋਡ ਬਣ ਰਹੇ ਨੇ, ਸਾਰੇ ਰੋਡ ਉਹ ਟ੍ਰੇਡ ਰੂਟ ਨੇ ਅਤੇ ਇਹਨਾਂ ਚੀਜ਼ਾਂ ਦੇ ਨਾਲ ਅਟੈਚ ਜਿਹੜੀ ਹੈਗੀ ਹੈ ਉਹ ਰੇਲਵੇ ਲਾਈਨ ਹੈ ਅਤੇ ਰੇਲਵੇ ਲਾਈਨ ਦੇ ਨਾਲ ਇੱਕ ਬਿਜਲੀ ਲਾਈਨ ਹੈ ਜਿਹੜੀ 220 KV ਹੋ ਸਕਦੀ ਹੈ ਅਤੇ 220 KV ਲਾਈਨ ਹੈ ਅਤੇ ਇਸ ਤੋਂ ਇਲਾਵਾ 400 KV ਉਹ ਲਾਈਨ ਹੈ, ਬਿਜਲੀ ਦੀ ਲਾਈਨ ਹੈ। ਅਤੇ ਹੁਣ ਦੇਖਣ ਵਾਲਾ ਹੋਊਗਾ ਕਿ ਕੇਂਦਰ ਸਰਕਾਰ ਪ੍ਰੋਜੈਕਟ ਇਹ ਰੱਦ ਕਰੂਗੀ
ਜਾਂ ਕੇਂਦਰ ਦੀ ਸਰਕਾਰ ਇਹਨਾਂ ਪ੍ਰੋਜੈਕਟਾਂ ਨੂੰ ਕਿਸੇ ਤਰੀਕੇ ਦੇ ਨਾਲ ਕੰਟੀਨਿਊ ਕਰੂਗੀ ਜਿਹੜੇ 3 ਪ੍ਰੋਜੈਕਟ ਰੱਦ ਹੋ ਚੁੱਕੇ ਨੇ, ਜਾਂ ਫਿਰ ਪੰਜਾਬ ਸਰਕਾਰ ਅਮਨ ਅਤੇ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹਨਾਂ ਸਥਿਤੀ ਨੂੰ ਕਿਸ ਤਰੀਕੇ ਦੇ ਨਾਲ ਬਿਹਤਰ ਕਰਨ ਦੀ ਕੋਸ਼ਿਸ਼ ਕਰੂਗੀ, ਜਾਂ ਫਿਰ ਪੰਜਾਬ ਸਰਕਾਰ ਉਸੇ ਗੱਲ ਦੇ ਉੱਪਰ ਸਟੈਂਡ ਰੱਖੂਗੀ ਕਿ ਸਾਡੇ ਉੱਥੇ ਸਾਡੇ ਪੰਜਾਬ ਦੇ ਵਿੱਚ ਅਮਨ ਐਂਡ ਕਾਨੂੰਨ ਦੀ ਜਿਹੜੀ ਸਥਿਤੀ ਹੈ ਬਿਲਕੁਲ ਉਹ ਸਹੀ ਹੈ ਅਤੇ ਇਹ ਬਿਹਤਰ ਹੈ ਸਥਿਤੀ, ਜਾਂ ਕੇਂਦਰ ਸਰਕਾਰ ਜਿਵੇਂ ਕਹਿ ਰਹੀ ਹੈ ਕਿ ਬਿਹਤਰ ਨਹੀਂ ਹੈਗੀ, ਤੁਹਾਡੇ ਉੱਥੇ ਕੰਟਰੋਲ ਦੇ ਵਿੱਚ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਦੋਸਤੋ ਹੈਗੀਆਂ ਨੇ ਸੋਚਣ ਵਾਲੀਆਂ, ਪਰ ਇੱਕ ਗੱਲ ਇਹਦੇ 'ਚ ਜਿਹੜੀ ਸਾਹਮਣੇ ਆਉਂਦੀ ਹੈ ਨਿਕਲ ਕੇ ਉਹ ਗੱਲ ਹੈਗੀ ਹੈ ਕਿ ਜਿਹੜੇ ਪ੍ਰੋਜੈਕਟ ਪੰਜਾਬ ਦੇ ਵਿੱਚ ਲੱਗਣੇ ਨੇ, ਜਾਂ ਜਿਹੜੇ ਪ੍ਰੋਜੈਕਟ ਹੁਣ ਤੱਕ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ, ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰੋਜੈਕਟ ਪੰਜਾਬ ਦੇ ਵਿੱਚ ਲੱਗਣੇ ਨੇ, ਕੀ ਜਿਵੇਂ ਕਿਸਾਨਾਂ ਦੀਆਂ ਜ਼ਮੀਨਾਂ ਲਈਆਂ ਜਾ ਰਹੀਆਂ ਨੇ ਕੀ ਕਿਸਾਨ ਉਹਨਾਂ ਦੇ ਨਾਲ ਸਹਿਮਤੀ ਦੇਣਗੇ, ਜਾਂ ਫਿਰ ਕਿਸਾਨਾਂ ਨੂੰ ਪੂਰੇ ਮੁਆਵਜ਼ੇ ਦੇ ਕੇ ਕਿਸਾਨਾਂ ਦੀਆਂ ਜ਼ਮੀਨਾਂ ਲਈ ਜਾਣਗੀਆਂ, ਕਿਉਂਕਿ ਰੇਲਵੇ ਦੇ ਪ੍ਰੋਜੈਕਟ ਨੇ, NHAI ਦੇ ਵੀ ਪ੍ਰੋਜੈਕਟ ਨੇ, ਇਸ ਤੋਂ ਇਲਾਵਾ PSTCL ਦੇ ਵੀ ਪ੍ਰੋਜੈਕਟ ਨੇ। ਸੋ ਇੱਕ ਵੱਡਾ ਇਹ ਇਸ਼ੂ ਬਣਿਆ ਹੋਇਆ ਹੈਗਾ। ਹੁਣ ਦੇਖਣ ਵਾਲਾ ਹੋਊਗਾ ਕਿ ਜਿਹੜੀ ਚੇਤਾਵਨੀ ਉਹਨਾਂ ਨੇ ਪੰਜਾਬ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਹੈ, ਇਸ ਤੋਂ ਬਾਅਦ ਜਿਹੜੀ ਸਿਆਸਤ ਹੈ ਉਹ ਸਿਆਸਤ ਕਿੰਨੇ ਕੁ ਪੱਖ ਦੀ ਆ।